ਅੰਦੋਲਨ ਦੇ ਵਿੱਚੋਂ ਆਮ ਆਦਮੀ ਪਾਰਟੀ ਨਿਕਲੀ, ਅੰਦੋਲਨ ਦੇ ਵਿੱਚੋਂ ਕਿਸਾਨ ਮੋਰਚੇ ਚੋਂ SSM ਮੋਰਚਾ ਨਿਕਲਿਆ ਆ, ਨਾਮ ਉਹਦਾ ਹੁਣ ਵੀ ਮੋਰਚਾ ਹੀ ਰੱਖਿਆ ਗਿਆ। ਪਰ ਹੁਣ ਕਿਤੇ ਨਾ ਕਿਤੇ ਆਪਾਂ ਸਿਆਸਤ ਦੇ ਵਿੱਚ ਸਿਆਸਤ ਵਾਂਗੂ ਨਹੀਂ ਖੇਡਣ ਲੱਗੇ ਕਿਸਾਨ ਜਥੇਬੰਦੀਆਂ। ਵੋਟ ਪਾਰਟੀਆਂ ਤੋਂ ਝਾਕਣਾ ਛੱਡੋ, ਠੀਕ ਆ, ਵੋਟ ਪਾ ਲਓ ਜਿਹਨੂੰ ਮਰਜ਼ੀ ਨਾ ਪਾ ਲਓ, ਪਰ ਆਪਦੀ ਏਕਤਾ ਨੂੰ ਕਾਇਮ ਰੱਖੋ, ਆਪਦੇ ਏਕੇ ਨੂੰ ਮਜ਼ਬੂਤ ਬਣਾ ਕੇ ਰੱਖੋ ਅਤੇ ਆਪਦੇ ਜਿਹੜੇ ਬੁਨਿਆਦੀ ਮੁੱਦਿਆਂ ਨੂੰ ਰੋਲਣ ਨਾ ਦਿਓ। ਆਪਣੀਆਂ ਦੋ ਜਥੇਬੰਦੀਆਂ ਜਾਣੀ ਚੜੂਨੀ ਗਰੁੱਪ ਅਤੇ ਰਾਜੇਵਾਲ ਗਰੁੱਪ ਕਿਹਾ ਜਾ ਸਕਦਾ, ਹੁਣ ਉਹ ਇਕੱਠੇ ਹੋ ਕੇ ਸਿਆਸਤ ਦੇ ਵਿੱਚ ਉਤਰ ਰਹੇ ਨੇ, ਤੁਹਾਡਾ ਸਟੈਂਡ ਹੁਣ ਵੀ ਵੱਖਰਾ। ਕੀ ਤੁਹਾਨੂੰ ਲੱਗਦਾ ਨਹੀਂ ਵੀ ਜਥੇਬੰਦੀਆਂ ਫਿਰ ਜੇ ਸਿਆਸਤ ਦੇ ਵਿੱਚ ਉਤਰ ਗਈਆਂ ਤਾਂ ਉਹ ਪੁਰਾਣੇ ਸਿਆਸਤ ਵਾਂਗੂ ਗੱਲ ਕਰਨਗੇ? ਭੁਪਿੰਦਰ ਮਾਨ ਦੇ ਥੱਲੇ ਅਸੀਂ ਕੰਮ ਕੀਤਾ, 1984 'ਚ ਪ੍ਰਧਾਨ ਹੁੰਦੇ ਸੀ, ਪੂਰਾ ਸਭਾ ਦਾ ਮੈਂਬਰ ਬਣ ਗਏ। ਉਦੋਂ ਬਾਅਦ ਲਖਵਾਲ ਸਾਹਿਬ ਨੇ ਕਿਹਾ ਵੀ ਮੈਂ ਉਹਨਾਂ ਨੀਤੀਆਂ 'ਤੇ ਕੰਮ ਕਰੂੰ। 1990 ਦੇ ਵਿੱਚ ਉਹਨਾਂ ਨੂੰ ਝੰਡੀ ਵਾਲੀ ਕਾਰ ਦੇ ਸੁਪਨੇ ਆਉਣ ਲੱਗ ਗਏ, ਉਹ ਵੀ ਕੈਬਨਿਟ ਮੰਤਰੀ ਬਣ ਗਏ, ਉਹ ਵੀ ਦੇਖ ਲਿਆ ਲੋਕਾਂ ਨੇ। ਯਾਨੀ ਕਿ ਹੁਣ ਰਾਜੇਵਾਲ ਨੂੰ ਝੰਡੀ ਵਾਲੀ ਕਾਰ ਦੇ ਸੁਪਨੇ ਆਉਣ ਲੱਗ ਗਏ? ਲੱਗਦਾ ਹੀ ਇਹ ਹੈ, ਅਸੀਂ ਕਿਸੇ ਦੀ ਸਮਰਥਨ ਨਹੀਂ ਕਰਦੇ, ਬਿਲਕੁਲ ਸਾਡਾ ਸਾਫ਼ ਹੈ। ਉਹ ਵੀਰਾਂ ਬਾਰੇ ਹਜੇ ਅਸੀਂ ਵਿਰੁੱਧ ਵੀ ਨਹੀਂ ਬੋਲਦੇ, ਕਿਉਂਕਿ ਉਹ ਭੁਲੇਖੇ 'ਚ, ਸਾਨੂੰ ਲੱਗਦਾ ਉਹ ਉਹਨਾਂ ਦਾ ਭੁਲੇਖਾ ਦੂਰ ਹੋ ਜੂ ਜਾਏ ਆਉਣ ਦੇ। ਜਿਵੇਂ ਕੋਈ ਟੂਰ 'ਤੇ ਜਾਂਦਾ ਹੁੰਦਾ ਉਹ ਸਾਡੇ ਕੋਲੋਂ ਗਏ ਆ ਜਾਣਗੇ, ਮੁੜੇ ਆਉਣਗੇ, ਸਾਨੂੰ ਪੂਰਾ ਭਰੋਸਾ ਹੈ। ਕਿਉਂਕਿ ਉੱਧਰੋਂ ਉਹ ਜਿਵੇਂ ਇੱਕ ਪੰਜਾਬੀ ਦੀ ਕਹਾਵਤ ਆ ਵੀ ਭਾਈ ਮੱਛੀ ਪੱਤਣ ਚੱਟ ਕੇ ਵੀ ਮੁੜੇ ਆਉਂਦੀ ਹੈ, ਸਾਨੂੰ ਲੱਗਦਾ ਉਹ ਬਾਈ ਉਹ ਤਾਂ ਪੱਤਣ ਚੱਟ ਕੇ ਮੁੜੇ ਆਉਣਗੇ। ਹੁਣ ਜਥੇਬੰਦੀਆਂ ਜਿਹੜੀਆਂ ਸਿਆਸਤ 'ਚ ਆ ਗਈਆਂ, ਜੂਝਦਾ ਪੰਜਾਬੀ ਉਹਨਾਂ ਨਾਲ ਕੁਛ ਜਿਹੜੇ ਜਿਨ੍ਹਾਂ ਨੇ ਪ੍ਰੈਸ਼ਰ ਗਰੁੱਪ ਦੀ ਗੱਲ ਕੀਤੀ ਸੀ ਉਹ ਵੀ ਉਹਨਾਂ ਨਾਲ ਜਾ ਰਲੇ ਨੇ। ਜੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦਾ ਘੋਲ ਜਿੱਤ ਲਿਆ ਇਹਦੇ ਨਾਲ ਕੁਛ ਨਹੀਂ ਹੋਇਆ, ਇਹਦੇ ਨਾਲ ਸਾਡੇ ਚੁੱਲ੍ਹਿਆਂ 'ਤੇ ਕੋਈ ਫਰਕ ਨਹੀਂ ਪਿਆ, ਉਹ ਤਾਂ ਇੱਕ ਹਮਲਾ ਆਇਆ ਸੀ ਉਹ ਵਾਪਸ ਮੋੜਤਾ, ਉਹ ਹਮਲਾ ਅਜੇ ਹੋਣਾ ਸੀ। ਪੰਜਾਬ ਚੋਣਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਆਪਦੇ ਆਪਦੇ ਰੁੱਖ ਰੱਖ ਰਹੀਆਂ ਨੇ, ਕਿਸਾਨ ਮੋਰਚੇ 'ਤੇ ਲੜਨ ਵਾਲੀਆਂ ਜਥੇਬੰਦੀਆਂ ਨੇ ਸਿਆਸਤ ਦੇ ਵਿੱਚ, ਪਰ ਕੁਛ ਗੁਰਾਹਾਂ ਜੋ ਜਥੇਬੰਦੀ ਇਹਨਾਂ ਦਾ ਇੱਕ ਵੱਖਰਾ ਸਟੈਂਡ ਉੱਥੇ ਵੀ ਰਿਹਾ ਅਤੇ ਇੱਥੇ ਵੀ ਰਿਹਾ। ਆਓ ਜਾਣਦੇ ਹੈ ਭਾਰਤੀ ਕਿਸਾਨ ਯੂਨੀਅਨ ਦੀ ਏਕਤਾ ਉਗਰਾਹਾਂ ਦੇ ਆਗੂ ਸ਼ਿੰਗਾਰਾ ਸਿੰਘ ਜੀ ਸਾਡੇ ਨਾਲ ਨੇ, ਉਹ ਦੱਸਣਗੇ ਕਿ ਅੱਜ ਉਹਨਾਂ ਨੇ ਕੀ ਆਪਦਾ ਪੱਖ ਰੱਖਿਆ। ਪਹਿਲੇ ਤਾਂ ਧੰਨਵਾਦ, ਮਿਹਰਬਾਨੀ। ਜੋ ਸਾਡਾ ਪੱਖ ਦੇਖੋ, ਧੁਰ ਤੋਂ ਲੈ ਕੇ ਅਸੀਂ ਜਦੋਂ ਦਾ ਦਿੱਲੀ ਮੋਰਚਾ ਚੱਲਿਆ ਉਦੋਂ ਤੋਂ ਲੈ ਕੇ ਸਾਡਾ ਵੱਖਰਾ ਪੱਖ ਹੀ ਇਹ ਸੀ ਜੀ, ਵੀ ਅਸੀਂ ਚੋਣ ਸਿਸਟਮ ਨੂੰ ਪਾਸੇ ਰੱਖ ਕੇ ਲੋਕਾਂ ਦੇ ਮਸਲੇ ਹੱਲ ਕਰਨ ਦਾ ਢੰਗ ਤਰੀਕਾ ਸੰਘਰਸ਼ਾਂ ਦਾ ਜ਼ੋਰ ਮੰਨਦੇ ਹਾਂ, ਉਹੀ ਅੱਜ ਵੀ ਸਾਡਾ ਹੈਗਾ। ਭਾਵੇਂ ਚੋਣਾਂ ਦਾ ਮਾਹੌਲ ਪੰਜਾਬ ਦੇ ਵਿੱਚ ਪੂਰਾ ਭਖਿਆ ਹੋਇਆ ਜੀ, ਇਹਦੇ ਬਾਵਜੂਦ ਸਾਡਾ ਪੁਰਾਣਾ ਉਹੀ ਸਟੈਂਡ ਹੈ, ਅਸੀਂ ਚੋਣਾਂ ਦੇ ਦੌਰਾਨ ਲੋਕਾਂ ਨੂੰ ਸੁਚੇਤ ਕਰਦੇ ਹਾਂ, ਸੁਚੇਤ ਕਰਕੇ ਜਿਹੜੇ ਦੇਸ਼ ਦੇ ਹਾਕਮ ਵੋਟ ਪਾਰਟੀਆਂ ਵਾਲੇ ਆ ਸਾਡੇ ਚੋਣ ਮੁੱਦਿਆਂ ਦੇ ਤਹਿਤ, ਸਾਡੇ ਛੋਟੇ ਮੁੱਦਿਆਂ 'ਤੇ, ਤੁੱਛ ਮੁੱਦਿਆਂ 'ਤੇ ਲੋਕਾਂ ਨੂੰ ਮਤਲਬ ਸੰਗੇੜ ਦਿੰਦੇ ਆ, ਵੱਡੇ ਮੁੱਦਿਆਂ ਤੋਂ ਪਾਸੇ ਕਰ ਦਿੰਦੇ ਆ, ਅਸੀਂ ਉਹ ਸਾਡੇ ਬੁਨਿਆਦੀ ਮੁੱਦੇ ਉਭਾਰਦੇ ਹਾਂ, ਜਿਵੇਂ ਜ਼ਮੀਨਾਂ ਦੀ ਕਾਣੀ ਵੰਡ ਦਾ ਮੁੱਦਾ, ਸੂਦਖੋਰੀ ਦਾ ਖਾਤਮਾ ਹੈ, ਹੋਰ ਜਿੰਨੇ ਨਿੱਜੀਕਰਨ ਦੀਆਂ ਨੀਤੀਆਂ ਦੇ ਖਿਲਾਫ਼, WTO ਤੋਂ ਦੇਸ਼ ਦੇ ਹਾਕਮੋਂ ਬਾਹਰ ਆਓ, ਇਹੋ ਜਿਹੀਆਂ ਵੱਡੀਆਂ ਗੱਲਾਂ ਲਈ ਅਸੀਂ ਲੋਕਾਂ ਨੂੰ ਸੁਚੇਤ ਕਰਦੇ ਹਾਂ। ਇਸ ਕਰਕੇ ਐਤਕੀ ਚੋਣਾਂ ਹੋਰ ਕਿਸਮ ਦੀਆਂ ਵੀ ਵੱਖਰੀਆਂ ਹੋ ਰਹੀਆਂ, ਕਿਉਂਕਿ ਐਤਕੀ ਉਹ ਦਿੱਲੀ ਦੇ ਵਿੱਚੋਂ ਇੱਕ SSM ਜਿਹੜਾ ਮੋਰਚਾ ਨਿਕਲਿਆ ਆ, ਉਹ ਵੀ ਚੋਣਾਂ 'ਚ ਜਾ ਕੇ ਲੋਕਾਂ ਨੂੰ ਹੋਰ ਜਾਣੀ ਇੱਕ ਭੰਬਲ ਭੂਸੇ ਵਾਲੀ ਗੱਲ ਖੜੀ ਹੋ ਗਈ। ਇਸ ਕਰਕੇ ਸਾਡਾ ਜੀ, ਮੈਂ ਇਸੇ ਗੱਲ 'ਤੇ ਥੋੜ੍ਹੀ ਤੁਹਾਨੂੰ ਰੋਕਣਾ ਚਾਹਾਂਗਾ, ਅੰਦੋਲਨ ਦੇ ਵਿੱਚੋਂ ਆਮ ਆਦਮੀ ਪਾਰਟੀ ਨਿਕਲੀ, ਅੰਦੋਲਨ ਦੇ ਵਿੱਚੋਂ ਕਿਸਾਨ ਮੋਰਚੇ 'ਚੋਂ SSM ਮੋਰਚਾ ਨਿਕਲਿਆ ਆ, ਨਾਮ ਉਹਦਾ ਹੁਣ ਵੀ ਮੋਰਚਾ ਹੀ ਰੱਖਿਆ ਗਿਆ। ਪਰ ਹੁਣ ਕਿਤੇ ਨਾ ਕਿਤੇ ਆਪਾਂ ਸਿਆਸਤ ਦੇ ਵਿੱਚ ਸਿਆਸਤ ਵਾਂਗੂ ਨਹੀਂ ਖੇਡਣ ਲੱਗੇ ਕਿਸਾਨ ਜਥੇਬੰਦੀਆਂ? ਦੇਖੋ ਤਾਂ ਉਹਨਾਂ ਦੀ ਗੱਲ ਆ, ਉਹਨਾਂ ਨੂੰ ਪੁੱਛੋ ਤੁਸੀਂ, ਅਸੀਂ ਆਪਦੀ ਉਸੇ ਗੱਲ 'ਤੇ ਖੜੇ ਹਾਂ। ਜਿਹੜੇ ਬਾਈਆਂ ਨੇ ਉਹ ਮੋਰਚਾ ਬਣਾ ਲਿਆ, ਚਾਹੇ ਉਹ ਆਉਂਦੇ ਦਿਨਾਂ 'ਚ ਸਿਆਸੀ ਪਾਰਟੀ ਬਣਾਉਂਦੇ ਆ, ਉਹ ਉਹਨਾਂ ਦਾ ਕੰਮ ਹੈ ਉਹ ਕਰਨ, ਕਿਉਂਕਿ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਉਹ ਕਿਸਾਨ ਜਥੇਬੰਦੀਆਂ ਦੇ ਵਿੰਗ ਆ ਸਿਆਸੀ ਪਾਰਟੀਆਂ, ਉਹ ਚੋਣਾਂ ਲੜਦੇ ਆ, ਪਰ ਅਸੀਂ ਜਿਹੜੇ ਮੁੱਦੇ 'ਤੇ ਇਕੱਠੇ ਹੋਏ ਸੀ, ਆਉਂਦੇ ਦਿਨਾਂ ਦੇ ਵਿੱਚ ਵੀ ਇਹ ਮੁੱਦਿਆਂ 'ਤੇ ਇਕੱਠੇ ਹੁੰਦੇ ਰਹਾਂਗੇ, ਲੋਕ ਏਕਤਾ ਬਣਦੀ ਰਹੂਗੀ ਅਤੇ ਲੋਕ ਏਕਤਾ ਦੇ ਨਾਲ ਹੀ ਜਿਹੜੇ ਵੱਡੇ ਮਸਲੇ ਹੱਲ ਕਰਨੇ ਆ। ਅਸੀਂ ਜੇ ਇੱਥੇ MSP ਇਕੱਲੇ ਪੰਜਾਬ ਅਤੇ ਹਰਿਆਣੇ ਦੇ ਵਿੱਚ ਲਾਗੂ ਖਰੀਦ ਰੱਖ ਰੱਖੇ ਹਾਂ, ਹਜੇ ਖੇਤੀ ਮੋਟਰਾਂ ਦੇ ਬਿੱਲਾਂ ਦੀ ਮਾਫੀ ਅਸੀਂ ਰੱਖ ਰੱਖੇ ਹਾਂ, ਇਹ ਸਾਡੇ ਇਹ ਸੰਘਰਸ਼ ਦੇ ਜ਼ੋਰ 'ਤੇ ਆ, ਨਾ ਕਿ ਪਾਰਲੀਮਾਨੀ ਚੋਣਾਂ ਰਾਹੀਂ ਕੀਤੀ ਆ, ਨਾ ਵਿਧਾਨ ਸਭਾ ਚੋਣਾਂ ਰਾਹੀਂ, ਅਸੀਂ ਬਹੁਤ ਵੱਡੀਆਂ ਗੱਲਾਂ ਅਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਸਾਫ਼ ਕੀਤੀਆਂ। ਇਸ ਕਰਕੇ ਅਸੀਂ ਅੱਡ ਵੀ ਹੁਣ ਮੁਹਿੰਮ ਪੂਰੇ ਜ਼ੋਰ ਨਾਲ ਚਲਾਵਾਂਗੇ, ਪ੍ਰੋਗਰਾਮ ਲਿਖਾਂਗੇ ਜਿਹਦੇ ਵਿੱਚ ਸਾਰੇ ਵਰਗਾਂ ਨੂੰ ਲੈ ਕੇ ਸੁਚੇਤ ਕਰਾਂਗੇ ਵੀ ਇਹਨਾਂ ਵੋਟ ਪਾਰਟੀਆਂ ਤੋਂ ਝਾਕ ਨਾ ਛੱਡੋ, ਠੀਕ ਆ, ਵੋਟ ਪਾ ਲਓ ਜਿਹਨੂੰ ਮਰਜ਼ੀ ਨਾ ਪਾ ਲਓ, ਪਰ ਆਪਦੀ ਏਕਤਾ ਨੂੰ ਕਾਇਮ ਰੱਖੋ, ਆਪਦੇ ਏਕੇ ਨੂੰ ਮਜ਼ਬੂਤ ਬਣਾ ਕੇ ਰੱਖੋ ਅਤੇ ਆਪਦੇ ਜਿਹੜੇ ਬੁਨਿਆਦੀ ਮੁੱਦੇ ਉਹਨੂੰ ਰੋਲਣ ਨਾ ਦਿਓ, ਤੁੱਛ ਗੱਲਾਂ 'ਤੇ ਉਹਨਾਂ 'ਤੇ ਐਤਵਾਰ ਨਾ ਕਰੋ। ਸ਼ਿੰਗਾਰਾ ਜੀ, ਤੁਹਾਡੀ ਗੱਲ ਤੋਂ ਤੁਹਾਡੀ ਗੱਲ ਇਹ ਤਸਦੀਕ ਕਰਦੀ ਹੈ ਕਿ ਕਿਸਾਨ ਮੋਰਚਾ ਜਾਂ ਕਿਸਾਨ ਜਥੇਬੰਦੀਆਂ ਪ੍ਰੈਸ਼ਰ ਗਰੁੱਪ ਵਾਂਗੂ ਤਰ੍ਹਾਂ ਕੰਮ ਕਰਨ,
ਪਾਰਲੀਮੈਂਟ ਯਾਨੀ ਕਿ ਸਿਆਸਤ ਦੇ ਵਿੱਚ ਆ ਕੇ ਉਹ ਸਿਆਸੀ ਉਹਨਾਂ ਨੁਕਤਿਆਂ ਦੇ ਇਸਤੇਮਾਲ ਕਰਨ ਲੱਗ ਜਾਂਦੇ ਨੇ, ਤੁਹਾਡੀਆਂ ਗੱਲਾਂ ਇੱਕ ਤਸਦੀਕ ਕਰਦੀਆਂ ਨੇ। ਇਸੇ ਕਰਕੇ ਤੁਸੀਂ ਉੱਥੇ ਮੋਰਚੇ 'ਤੇ ਵੀ ਵੱਖਰੇ ਰਹੇ ਅਤੇ ਇੱਥੇ ਵੀ ਤੁਸੀਂ ਵੱਖਰੇ ਹੋ। ਪਰ ਹੁਣ ਇੱਕ ਗੱਲ ਤਾਂ ਤੁਹਾਨੂੰ ਦਰਸ਼ਕ ਸਾਡੇ ਜਾਣਨਾ ਚਾਹੁੰਗੇ ਕਿ ਹੁਣ ਜਥੇਬੰਦੀਆਂ ਜਿਹੜੀਆਂ ਸਿਆਸਤ 'ਚ ਆ ਗਈਆਂ, ਜੂਝਦਾ ਪੰਜਾਬੀ ਉਹਨਾਂ ਨਾਲ ਕੁਛ ਜਿਹੜੇ ਜਿਨ੍ਹਾਂ ਨੇ ਪ੍ਰੈਸ਼ਰ ਗਰੁੱਪ ਦੀ ਗੱਲ ਕੀਤੀ ਸੀ ਉਹ ਵੀ ਉਹਨਾਂ ਨਾਲ ਜਾ ਰਲੇ ਨੇਗੇ, ਉਹਨਾਂ ਦੀ ਡਿਊਟੀ ਲੱਗ ਗਈ ਹੈ ਸਕਰੀਨ ਕਮੇਟੀ 'ਤੇ ਅਤੇ ਦੂਸਰੀ ਲੱਗ ਗਈ ਹੈ ਕਿ ਚੋਣ ਮਨੋਰਥ ਪੱਤਰ ਵੀ ਬਣਾਉਣਾ। ਹੁਣ ਉਗਰਾਹਾਂ ਜਥੇਬੰਦੀ ਹੈ ਉਹ ਵੱਖਰੇ ਤੌਰ 'ਤੇ ਦਿੱਲੀ ਮੋਰਚੇ 'ਤੇ ਵੀ ਰਹੀ ਹੈ, ਇੱਥੇ ਵੀ ਰਹੀ ਹੈ, ਅਤੇ ਹੁਣ ਤੁਸੀਂ ਜਾਗਰੂਕਤਾ ਦੀ ਗੱਲ ਕੀਤੀ ਹੈ ਅਤੇ ਜਾਗਰੂਕਤਾ ਸੰਬੰਧੀ ਜਾਂ ਮੰਗਾਂ ਪ੍ਰਤੀ ਇਸ ਪੰਜਾਬ ਦੀਆਂ ਚੋਣਾਂ ਦੇ ਵਿੱਚ ਆਪਣੀ ਜਥੇਬੰਦੀ ਦਾ ਮੁੱਖ ਜਾਨੀ ਬਰੀਫ ਕਰਕੇ ਥੋੜ੍ਹਾ ਦੱਸੋ ਦਰਸ਼ਕਾਂ ਨੂੰ। ਦੇਖੋ, ਅਸੀਂ ਚੋਣਾਂ ਦੇ ਵਿੱਚ ਜਿਵੇਂ ਪਹਿਲਾਂ ਵੀ ਦੱਸਿਆ ਮੈਂ ਜੀ, ਅਸੀਂ ਹੋਰ ਵੀ ਸੁਚੇਤ ਕਰਾਂਗੇ ਕਿਉਂਕਿ ਆਹ ਗੱਲ ਨਾ ਰਹੇ। ਜਿੱਥੋਂ ਤੱਕ ਇਹ ਸਵਾਲ ਹੈ ਵੀ ਇਹ ਅਸੀਂ ਸਾਡਾ ਤਜਰਬਾ ਹੀ ਹੈ ਪਿਛਲਾ ਜੀ, ਅਸੀਂ ਐਤਕੀ ਹੁਣ ਉਦੋਂ ਵੱਡੇ ਮੁੱਦਿਆਂ ਨੂੰ ਹੱਥ ਪਾਵਾਂਗੇ, ਜ਼ਮੀਨ ਦੀ ਕਾਣੀ ਵੰਡ ਕਿਵੇਂ ਦੂਰ ਹੋਵੇ, ਜ਼ਮੀਨੀ ਸੁਧਾਰ ਲਾਗੂ ਹੋਣ, ਸੂਦਖੋਰੀ ਦਾ ਖਾਤਮਾ ਹੋਵੇ, ਪੰਜਾਬ ਕੀ ਇਕੱਲੇ ਹਿੰਦੁਸਤਾਨ ਦੇ ਜਿਹੜੇ ਹਾਕਮ ਆ ਜਿਹੜੇ WTO ਨੂੰ ਗੂਠਾ ਲਾਈ ਬੈਠੇ ਸੀ, ਕਹਾਂਗੇ ਉਹਨਾਂ ਤੋਂ ਬਾਹਰ ਆਵੇ, ਇਹਨਾਂ ਗੱਲਾਂ ਲਈ ਲੋਕਾਂ ਨੂੰ ਸੁਚੇਤ ਕਰਾਂਗੇ। ਕਿਉਂਕਿ ਬੁਨਿਆਦੀ ਜੇ ਅੱਜ ਸਮੱਸਿਆਵਾਂ ਦਾ ਹੱਲ ਹੋਣਾ, ਜੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦਾ ਘੋਲ ਜਿੱਤ ਲਿਆ, ਇਹਦੇ ਨਾਲ ਕੁਛ ਨਹੀਂ ਹੋਇਆ, ਇਹਦੇ ਨਾਲ ਸਾਡੇ ਚੁੱਲ੍ਹਿਆਂ 'ਤੇ ਕੋਈ ਫਰਕ ਨਹੀਂ ਪਿਆ। ਉਹ ਤਾਂ ਇੱਕ ਹਮਲਾ ਆਇਆ ਸੀ, ਉਹ ਵਾਪਸ ਮੋੜਤਾ, ਉਹ ਹਮਲਾ ਜੇ ਹੋਣਾ ਸੀ ਉਹ ਹਮਲੇ ਦੇ ਤਹਿਤ ਉਹ ਹਮਲੇ ਰੋਕ ਕੇ ਇਹਨੇ ਕਿਸਾਨ ਨੂੰ ਰਾਹ ਦਿਖਾਤਾ ਵੀ ਜਿੱਥੋਂ ਤੁਸੀਂ ਵਿੱਚ ਜਾ ਕੇ ਪ੍ਰੈਸ ਗਰੁੱਪ ਦੀ ਗੱਲ ਕੀਤੀ ਹੈ, ਵਿੱਚ ਵਾਲੇ ਪ੍ਰੈਸ ਗਰੁੱਪ ਨੂੰ ਸਗੋਂ ਬਾਹਰਲੇ ਪ੍ਰੈਸ ਗਰੁੱਪ ਦੇ ਸਾਡੇ ਵਿੱਚ ਆਉਣਾ ਪੈ ਗਿਆ ਸੀ, ਬਰਾਬਰ ਪਾਰਲੀਮੈਂਟ ਸੈਸ਼ਨ ਲਾਇਆ ਉੱਥੇ ਸਾਡੀਆਂ ਜਥੇਬੰਦੀਆਂ ਨੇ। ਜਿਹੜਾ ਅੰਦਰ ਪ੍ਰੈਸ਼ਰ ਜਿਹੜਾ ਵਿਰੋਧੀ ਧਿਰਾਂ ਸੀ ਉਹਨਾਂ ਨੂੰ ਆ ਕੇ ਸਾਡੇ ਵਿੱਚ ਬੈਠਣਾ ਪਿਆ, ਇੱਧਰ ਦੀ ਪ੍ਰੈਸ਼ਰ ਵੱਧ ਪਿਆ ਕਿ ਉੱਧਰ ਦੀ ਪ੍ਰੈਸ਼ਰ ਵੱਧ ਪਊਗਾ, ਇਹ ਸਾਡਾ ਤਜਰਬਾ ਹੈ ਵੀ ਲੋਕਾਂ ਦਾ ਵੱਧ ਪ੍ਰੈਸ਼ਰ ਬਾਹਰ, ਜੇ ਲੋਕ ਜਿੰਨੇ ਸੁਚੇਤ ਇਕੱਠੇ ਹੋ ਕੇ ਪ੍ਰੈਸ਼ਰ ਪਾ ਲੈਣਗੇ ਫਿਰ ਆ ਇਹਨਾਂ ਦੇ ਕਾਨੂੰਨ ਕਰਾਂ। ਹੁਣ ਜਿਵੇਂ ਚੋਣ ਜ਼ਾਬਤੇ ਦੀ ਗੱਲ ਹੈ, ਅਸੀਂ ਸਮਝਦੇ ਜੇ ਸਾਰੇ ਲੋਕ ਇਕੱਠੇ ਹੋ ਜਾਣ, ਆਹ ਚੰਨੀ ਸਾਹਿਬ ਨੇ ਜਿਹੜੇ ਵਾਅਦੇ ਕੀਤੇ ਹੋਏ ਇਹਨਾਂ ਨੂੰ ਭੱਜਣ ਨਹੀਂ ਦੇਣਗੇ, ਇਹ ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਉਹਨਾਂ ਤੋਂ ਲਾਗੂ ਕਰਵਾਏ ਜਾ ਸਕਦੇ ਆ। ਪਰ ਉਹ ਕੀ ਕਰਦੇ ਆ, ਉਹ ਲੋਕਾਂ ਨੂੰ ਪਾੜ ਦਿੰਦੇ ਆ ਅੱਡ ਅੱਡ ਧਰਮਾਂ ਦੇ ਫਿਰਕਿਆਂ 'ਤੇ, ਵੋਟ ਪਾਰਟੀਆਂ ਦੇ ਨਾਂ 'ਤੇ, ਪਿੰਡਾਂ ਦੇ ਵਿੱਚ ਉਹਨਾਂ ਦੇ ਸੈੱਲ ਬਣੇ ਹੋਏ ਆ, ਇਸ ਕਰਕੇ ਉਹ ਲੋਕਾਂ ਨੂੰ ਹੋਰ ਨਿੱਕੀਆਂ ਮੋਟੀਆਂ ਗੱਲਾਂ 'ਚ ਰਝਾ ਕੇ ਵੱਡੇ ਮੁੱਦਿਆਂ ਦਾ ਧਿਆਨ ਆ ਜਿਹੜਾ ਪਾਸੇ ਕਰ ਦਿੰਦੇ ਆ। ਅਸੀਂ ਵੱਡੇ ਮੁੱਦਿਆਂ 'ਤੇ ਧਿਆਨ ਲੋਕਾਂ ਦਾ ਕੇਂਦਰਿਤ ਕਰਾਂਗੇ। ਸ਼ਿੰਗਾਰਾ ਜੀ, ਗੱਲ ਇਹ ਹੈ ਕਿ ਹੁਣ ਆਪਣੀਆਂ ਦੋ ਜਥੇਬੰਦੀਆਂ ਜਾਣੀ ਚੜੂਨੀ ਗਰੁੱਪ ਅਤੇ ਰਾਜੇਵਾਲ ਗਰੁੱਪ ਕਿਹਾ ਜਾ ਸਕਦਾ, ਹੁਣ ਉਹ ਇਕੱਠੇ ਹੋ ਕੇ ਸਿਆਸਤ ਦੇ ਵਿੱਚ ਉੱਤਰ ਰਹੇ ਨੇ, ਤੁਹਾਡਾ ਸਟੈਂਡ ਹੁਣ ਵੀ ਵੱਖਰਾ, ਕੀ ਤੁਹਾਨੂੰ ਲੱਗਦਾ ਨਹੀਂ ਵੀ ਜਥੇਬੰਦੀਆਂ ਫਿਰ ਜੇ ਸਿਆਸਤ ਦੇ 'ਚ ਉੱਤਰ ਗਈਆਂ ਤਾਂ ਉਹ ਪੁਰਾਣੇ ਸਿਆਸਤ ਵਾਂਗੂ ਗੱਲ ਕਰਨ? ਕੋਈ ਫਰਕ ਨਹੀਂ ਪੈਂਦਾ, ਪਹਿਲਾਂ ਕਿਹੜਾ ਕੋਈ ਗਿਆ ਨਹੀਂ, ਭੁਪਿੰਦਰ ਮਾਨ ਦੇ ਥੱਲੇ ਅਸੀਂ ਕੰਮ ਕੀਤਾ 1984 'ਚ, ਉਹ ਪ੍ਰਧਾਨ ਹੁੰਦੇ ਸੀ, ਉਹ ਰਾਜ ਸਭਾ ਦਾ ਮੈਂਬਰ ਬਣ ਗਏ, ਉਦੋਂ ਬਾਅਦ ਲੱਖੋਵਾਲ ਸਾਹਿਬ ਨੇ ਕਿਹਾ ਵੀ ਮੈਂ ਉਹਨਾਂ ਨੀਤੀਆਂ 'ਤੇ ਕੰਮ ਕਰੂੰ, 1990 ਦੇ ਵਿੱਚ ਉਹਨਾਂ ਨੂੰ ਝੰਡੀ ਵਾਲੀ ਕਾਰ ਦੇ ਸੁਪਨੇ ਆਉਣ ਲੱਗ ਗਏ, ਉਹ ਵੀ ਕੈਬਨਿਟ ਮੰਤਰੀ ਬਣ ਗਿਆ, ਉਹ ਵੀ ਦੇਖ ਲਿਆ ਲੋਕਾਂ ਨੇ, ਯਾਨੀ ਕਿ ਹੁਣ ਰਾਜੇਵਾਲ ਨੂੰ ਝੰਡੀ ਵਾਲੀ ਕਾਰ ਦੇ ਸੁਪਨੇ ਆਉਣ ਲੱਗ ਗਏ। ਲੱਗਦਾ ਹੀ ਇਹ ਹੈ, ਹੋ ਸਕਦਾ ਵੀਰ ਨੂੰ ਉਹ ਐਂ ਵੀ ਭੁਲੇਖਾ ਹੋ ਸਕਦਾ ਵੀ ਮੈਂ ਉੱਧਰ ਜਾ ਕੇ ਸੁਧਾਰ ਦੂੰਗਾ, ਉਹ ਅਮਲ ਦੱਸ ਦੂੰਗਾ, ਪਰ ਸਾਡਾ ਅਮਲ ਇਹ ਕਹਿੰਦਾ, ਸਾਡੀ ਜਥੇਬੰਦੀ ਅਸੀਂ ਖਾਸ ਕਰਕੇ 2002 ਦੇ ਵਿੱਚ ਅਸੀਂ ਬਣਾਈ ਹੈ, 2 ਤੋਂ ਲੈ ਕੇ ਸਾਡਾ ਆਹ 20 ਸਾਲ ਦਾ ਤਜਰਬਾ ਪੂਰਾ ਦੱਸਦਾ, ਅਸੀਂ ਜਿਹੜਾ ਘੋਲਾਂ ਰਾਹੀਂ ਸੰਘਰਸ਼ਾਂ ਰਾਹੀਂ ਹਾਸਲ ਕੀਤਾ ਉਹ ਚੋਣਾਂ ਰਾਹੀਂ ਹਲੇ ਤੱਕ 40 ਸਾਲਾਂ 'ਚ ਵੀ ਨਹੀਂ ਹੋਇਆ। ਤੁਸੀਂ ਹੁਣ ਇਹ ਦੱਸੋ ਕਿ ਦੋ ਜਥੇਬੰਦੀਆਂ ਨੇ ਸਿਆਸੀ ਧਿਰ ਬਣਾ ਲਈ ਹੈ, ਔਰ ਕੱਲ੍ਹ ਉਹਨਾਂ ਦੀ ਅੰਦਰ ਖਾਤੇ ਮੀਟਿੰਗ ਹੋ ਗਈ ਹੈ ਕਿ ਇੱਥੇ ਪ੍ਰੈਸ ਕਾਨਫਰੰਸ ਰੱਖੀ ਸੀ ਕਿ ਚੜੂਨੀ ਸਾਹਿਬ ਨੇ 10 ਕੈਂਡੀਡੇਟ ਦਾ ਐਲਾਨ ਕਰਨਾ ਸੀ, ਪਰ ਉਹਨਾਂ ਨੂੰ ਹੋਇਆ ਵੀ ਅਸੀਂ ਮਿਲ ਕੇ ਲੜਾਂਗੇ, ਹੁਣ ਉਹ ਮੀਟਿੰਗ ਤੋਂ ਬਾਅਦ ਹਜੇ ਉਹਨਾਂ ਨੇ ਐਲਾਨ ਕਰਨਾ, ਸ਼ਾਇਦ ਉਹ ਕੀ ਹੁੰਦਾ ਕਿਵੇਂ ਹੁੰਦਾ ਵੋਟਾਂ ਦੀ ਯਾਨੀ ਸੀਟਾਂ ਦੀ ਸੈਟਿੰਗ ਕਰ ਰਹੇ ਨੇ। ਉਗਰਾਹਾਂ ਜਥੇਬੰਦੀ ਦਾ ਉਹਨਾਂ ਸਿਆਸੀ ਧਿਰਾਂ ਨੂੰ ਲੈ ਕੇ ਉਹਨੇ ਸਮਰਥਨ 'ਚ ਉਤਰਨਗੀਆਂ ਜਾਂ ਨਹੀਂ? ਨਹੀਂ, ਦੇਖੋ ਅਸੀਂ ਕਿਸੇ ਦੀ ਸਮਰਥਨ ਨਹੀਂ ਕਰਦੇ, ਬਿਲਕੁਲ ਸਾਡਾ ਸਾਫ ਹੈ, ਉਹ ਵੀਰਾਂ ਬਾਰੇ ਹਜੇ ਅਸੀਂ ਵਿਰੁੱਧ ਵੀ ਨਹੀਂ ਬੋਲਦੇ ਕਿਉਂਕਿ ਉਹ ਭੁਲੇਖੇ 'ਚ ਹੈ, ਸਾਨੂੰ ਲੱਗਦਾ ਉਹ ਉਹਨਾਂ ਦਾ ਭੁਲੇਖਾ ਦੂਰ ਹੋ ਜੂ ਜਾ ਆਉਣ ਦੇ, ਜਿਵੇਂ ਕੋਈ ਟੂਰ 'ਤੇ ਜਾਂਦਾ ਹੁੰਦਾ ਉਹ ਸਾਡੇ ਕੋਲੋਂ ਗਏ ਆ ਜਾਣਗੇ, ਮੁੜ ਆਉਣਗੇ, ਸਾਨੂੰ ਪੂਰਾ ਭਰੋਸਾ ਹੈ, ਕਿਉਂਕਿ ਉੱਧਰੋਂ ਉਹ ਜਿਵੇਂ ਇੱਕ ਪੰਜਾਬੀ ਦੀ ਕਹਾਵਤ ਆ ਵੀ ਭਾਈ ਮੱਛੀ ਪੱਤਣ ਚੱਟ ਕੇ ਵੀ ਮੁੜ ਆਉਂਦੀ ਹੈ, ਸਾਨੂੰ ਲੱਗਦਾ ਉਹ ਭਾਈ ਉਹ ਪੱਤਣ ਚੱਟ ਕੇ ਮੁੜ ਆਉਣਗੇ, ਅਸੀਂ ਪੂਰਾ ਭਰੋਸਾ ਰੱਖਦੇ ਹਾਂ ਉਹ ਸਾਡੇ ਹੀ ਆ, ਸਾਡੇ ਕੋਲ ਆਉਣਗੇ, ਇਸ ਕਰਕੇ ਅਸੀਂ ਉਹਨਾਂ ਦੇ ਵਿਰੋਧ ਦਾ ਪੈਂਤੜਾ ਨਹੀਂ ਲੈਂਦੇ, ਪਰ ਚੋਣਾਂ 'ਚ ਸਮਰਥਨ ਦਾ ਕੋਈ ਮਾਮਲਾ ਹੀ ਨਹੀਂ, ਉਸੇ ਪਾਲੜੇ 'ਚ ਪਾ ਕੇ ਉਹਨਾਂ ਨੂੰ ਰੱਖਾਂਗੇ ਜਿਵੇਂ ਦੂਜੀਆਂ ਸਿਆਸੀ ਪਾਰਟੀਆਂ ਨੂੰ ਅਸੀਂ ਸਵਾਲ ਕਰਦੇ ਹਾਂ। ਇਹ ਸਨ ਸ਼ਿੰਗਾਰਾ ਸਿੰਘ ਜੀ, ਜੋ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਿਰਮੌਰ ਆਗੂ ਨੇ। ਉਹਨਾਂ ਨੇ ਇੱਕ ਸਪਸ਼ਟ ਕਲੀਅਰ ਕਰ ਦਿੱਤਾ ਕਿ ਉਹ ਕਿਸਾਨ ਜਥੇਬੰਦੀਆਂ ਨੂੰ ਜੋ ਸਿਆਸੀ ਪਾਰਟੀਆਂ ਬਣ ਚੁੱਕੀਆਂ ਨੇ ਉਹਨਾਂ ਦਾ ਜਿਹੜਾ ਜੋ ਰਵੱਈਆ ਦੂਸਰੀਆਂ ਸਿਆਸੀ ਰਵਾਇਤੀ ਪਾਰਟੀਆਂ ਲਈ ਰਹੇਗਾ ਉਹੀ ਰਵੱਈਆ ਇਹਨਾਂ ਪਾਰਟੀਆਂ ਲਈ ਰਹੇਗਾ। ਅਤੇ ਉਹਨਾਂ ਨੇ ਗੱਲ ਹੋਰ ਵੀ ਕਹੀ ਹੈ, ਕਹਿੰਦੇ ਅੰਦੋਲਨ ਦੇ ਵਿੱਚ ਜਦੋਂ ਕੋਈ ਥੋੜ੍ਹਾ ਜਿਹਾ ਅੱਗੇ ਚਲਾ ਜਾਂਦਾ, ਜਿਵੇਂ ਲੱਖੋਵਾਲ ਦਾ ਜ਼ਿਕਰ ਕੀਤਾ, ਭੁਪਿੰਦਰ ਸਿੰਘ ਮਾਨ ਦਾ ਜ਼ਿਕਰ ਕੀਤਾ, ਉਹਨਾਂ ਨੇ ਕਿਹਾ ਕਿ ਉਹ ਉਹਨਾਂ ਝੰਡੀ ਵਾਲੀ ਕਾਰ ਦਾ ਸੁਪਨਾ ਆਉਣ ਲੱਗ ਜਾਂਦੇ ਨੇ, ਅਤੇ ਸਵਾਲ 'ਤੇ ਉਹਨਾਂ ਥੋੜ੍ਹਾ ਜਿਹਾ ਪਾਸਾ ਵੱਟ ਲਿਆ ਕਿ ਜਦੋਂ
ਕਾਰ ਦਾ ਸੁਪਨਾ ਆ ਗਿਆ ਉਹ ਕਹਿੰਦੇ ਜਦੋਂ ਮੱਛੀ ਪੱਤਨ ਚੱਟ ਕੇ ਵਾਪਸ ਆ ਜਾਏਗੀ ਦੇਖਦੇ ਹਾਂ ਚੋਣਾਂ ਦਾ ਐਲਾਨ ਹੋ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਕਿਵੇਂ ਰਹਿੰਦੇ ਨੇ ਅਤੇ ਇਹਨਾਂ ਨੂੰ ਝੰਡੀ ਵਾਲੀ ਕਾਰ ਮਿਲਦੀ ਹੈ ਜਾਂ ਦੁਰਕਾਰ ਮਿਲਦੀ ਹੈ।